वाहिगुरु जी का खालसा वाहिगुरु जी की फतेह। सो अज असी पहुंचे हाँ पिंड बुरड़ तहसील पातड़ा जिला पटियाला। जो ये बजुर्ग हैं निहाल सिंह जी जो कि भयानक बीमारी तो पीड़ित हैं, ये पहला प्राइवेट स्कूल दे विच बस चलाउंदे सन, अपने घर का पालन पोषण करते सन और घर का रुजगार चलाउंदे सन। ਹੁਣ ਜੋ ਕਿ ਭਿਆਨਕ ਬਿਮਾਰੀ ਤੋਂ ਪੀੜਿਤ ਹਨ, ਘਰ ਦਾ ਜੋ ਰੁਜ਼ਗਾਰ ਹੈ ਉਹ ਵੀ ਮੁਸ਼ਕਲਾਂ ਨਾਲ ਚੱਲਦਾ ਹੈ, ਇਸ ਕਰਕੇ ਇਲਾਜ ਕਰਨ ਤੋਂ ਪਰਿਵਾਰ ਅਸਮਰੱਥ ਹੈ। ਸੋ ਇਸ ਪਰਿਵਾਰ ਨੇ ਔਰ ਸਾਨੇ ਪਹਿਲਾਂ ਹੋਰ ਜਥੇਬੰਦੀਆਂ ਨੂੰ ਔਰ ਹੋਰ ਸੰਸਥਾਵਾਂ ਨੂੰ ਬੇਨਤੀ ਕੀਤੀ ਸੀ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ। ਸੋ ਕਿਸੇ ਵੀ ਨੇ ਇਹਨਾਂ ਪਰਿਵਾਰ ਦੀ ਮਦਦ ਨਹੀਂ ਕੀਤੀ, ਬਾਂਹ ਨਹੀਂ ਫੜੀ। ਸੋ ਅਸੀਂ ਬੇਨਤੀ ਕੀਤੀ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਤਰਾ ਸਟੇਟ ਦੀਆਂ ਸੰਗਤਾਂ ਨੂੰ, ਵੀਰਾਂ ਅਤੇ ਭੈਣਾਂ ਨੂੰ। ਸੋ ਉਹਨਾਂ ਨੇ ਸਾਡੀ ਗੁਹਾਰ ਨੂੰ ਸਵੀਕਾਰ ਕੀਤਾ ਹੈ। ਸੋ ਇਸ ਬਜ਼ੁਰਗ ਦੇ ਇਲਾਜ ਵਾਸਤੇ 20,000 ਰੁਪਏ ਦੀ ਰਾਸ਼ੀ ਇਸ ਬਜ਼ੁਰਗ ਦੇ ਇਲਾਜ ਵਾਸਤੇ ਭੇਜੀ ਗਈ ਹੈ। ਅਸੀਂ ਨਗਰ ਦੀ ਪੰਚਾਇਤ ਵੱਲੋਂ, ਪਤਵੰਤੇ ਸੱਜਣਾਂ ਵੱਲੋਂ, ਸ਼੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰੱਸਟ ਦੀ ਸੰਗਤਾਂ ਦਾ, ਵੀਰਾਂ ਅਤੇ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਬਜ਼ੁਰਗ ਦੀ ਬਾਂਹ ਫੜੀ ਇਲਾਜ ਕਰਨ ਲਈ ਮਾਇਆ ਭੇਜੀ ਹੈ। ਸੋ ਸਤਿਗੁਰੂ ਜੀ ਸਦਾ ਵਾਸਤੇ ਇਹਨਾਂ ਸੰਗਤਾਂ ਨੂੰ ਸੇਵਾਵਾਂ ਕਰਨ ਦਾ ਬਲ ਬਖਸ਼ ਕਰਨ, ਇਸੇ ਤਰ੍ਹਾਂ ਉੱਦਮ ਦੀ ਦਾਤ ਬਖਸ਼ ਕਰਨ, ਵਿਹਰਾਂ ਭਰਿਆ ਹੱਥ ਰੱਖਣ, ਦੇਸ਼ਾਂ ਵਿਦੇਸ਼ਾਂ ਸੁੱਖ ਅਤੇ ਸ਼ਾਂਤੀ ਬਖਸ਼ ਕਰਨ। ਸੋ ਸਭਨਾਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ।